ਚੇਚੇ ਕੀ ਲੈਣ ਆਏ ਹੋ? ਮੈਂ ਤਾਲਾ ਖੋਲਣ ਆਈ ਆ। ਅੱਛਾ ਹਾਂ ਜੀ, ਸਾਡਾ ਤਾਲਾ ਖੋਲੋ, ਪਰ ਹੈ ਬੜਾ ਪੁਰਾਣਾ ਜੇ। ਵੇ ਪੁਰਾਣਾ ਤਾਲਾ ਤੇ ਹੈਗਾ ਪਰ ਹੋਏਗਾ ਤੇ ਸਹੀ। ਹਾਂ ਇਹ ਚ ਬੰਬੇ ਟੂਟੀ ਬੰਦ ਕਰਕੇ ਨਾਇਆ ਕਰ। ਤੂੰ ਡਾਕਟਰ ਹੁਣ ਗਲਤ ਗੱਲਾਂ ਹੋਣ ਡੀਆਂ। ਮੈਂ ਚੱਲੀ ਲਿਖੀ ਤੇ ਚੱਲੀ, ਤਾਲਾ ਖੋਲਾਂਗੀ ਕੱਲ, ਮੇਰਾ ਟਾਈਮ ਮੁੱਕ ਗਿਆ, ਕੱਲ 2 ਵਜੇ ਆ ਕੇ ਮੈਂ ਫੇਰ ਤਾਲਾ ਖੋਲਾਂਗੀ। ਮੇਰਾ ਇਲਾਜ ਤੇ ਚੱਲ, ਹੱਥ ਲਾਈ ਜਾਂਦੇ ਮਰ ਜਾਣਾ। ਓਏ ਬੰਦ ਹੋਏ ਇਸ ਤਰ੍ਹਾਂ ਇੰਜ ਨਹੀਂ ਕੀ ਵੇ ਬਚਾਉਣ ਦੇ। ਯਾਨੀ ਤੁਸੀਂ ਦੇ ਮੂੰਹ ਦੇ ਬਦਤਮੀਜ਼ੀਆਂ ਨਾ ਹੋਏ ਤੇ ਮੈਂ ਜੀ ਕਿਥੋਂ ਜੱਫੇ ਪਾ ਲਈ ਹੈ ਜੱਫੇ? ਤੂੰ ਕੀ ਸਮਝਿਆ ਮੈਨੂੰ? ਖੁਸ਼ੀ ਮੈਂ ਡਾਕਟਰ ਹਾਂ ਤੇ ਕਰ ਇਲਾਜ। ਮਰ ਜਾਣਾ ਕੋਈ 10 ਬਿਮਾਰੀ ਇੱਧਰ ਚੱਲ, ਤੂੰ ਤੇ ਜਾਣਾ ਐ ਟੂਟੀਆਂ ਲਾਓ ਜਰਾ। ਮੈਂ ਮੈਂ ਕਿੱਥੇ ਲਾਵਾਂ, ਅੰਦਰ ਤੇ ਕੱਖ ਵੀ ਨਹੀਂ। ਐ ਮੈਂ ਲਾਵਾਂ? ਨਹੀਂ ਨਹੀਂ ਕਲੀ ਨਹੀਂ ਕਾ ਕੇ ਲਾਣਾ। ਨਹੀਂ ਨਹੀਂ ਇੱਥੇ ਹੀ ਘਰ ਫੀਸ ਦੇਵਾਂਗੇ। ਨਹੀਂ ਤੁਹਾਡੀ ਬੰਦੀ ਹੈ ਐਦਾਂ ਗੰਦ ਵੇਖਣ ਲਈ, ਮੈਂ ਨਹੀਂ ਫੀਸ ਲੈ। ਇਹ ਕੀ ਕਰਨ ਦੇ? ਇਹ ਕੀ ਕਰਨ ਦੇ? ਐ ਮੋਚੀ ਹੈਗਾ ਦੇ ਮਰ ਜਾਣੇ ਤਰਸੇ ਹੋਏ। ਮੈਨੂੰ ਵੀ ਗੁੱਸਾ ਨਾ ਚੜਾਈ। ਕਿਉਂ? ਮੈਨੂੰ ਪਤਾ ਸੀ ਮੈਨੂੰ ਵਿਆਹ ਤੋਂ ਬਾਅਦ ਬੜਾ ਗੁੱਸਾ ਹੈਗਾ ਰੇ। ਕਿੱਧਰ ਗਿਆ ਗੁੱਸਾ? ਤੇ ਹੋਰ ਕੀ ਹੈ ਇਹ ਘਰ ਚ? ਕੀ ਤਮਾਸ਼ਾ ਲੱਗਾ ਹੋਇਆ ਹੈ? ਤਮਾਸ਼ਾ ਕੀ ਹੋਇਆ? ਕੀ ਹੈ? ਲੈ ਹੋਣਾ ਕੀ ਹੈ? ਹੁਣ ਅੱਬਾ ਜੀ ਨੇ ਘਰ ਦੇ ਵਿੱਚ ਚੌਕੀਦਾਰ ਰੱਖ ਲਿਆ ਵੇ ਇਹਦੀ ਦੀ ਹਿਫਾਜ਼ਤ ਵਾਸਤੇ। ਦੱਸੋ ਤਾਂ ਚੌਕੀਦਾਰ ਵੀ ਪਠਾਨ ਰੱਖਿਆ? ਹਾਂ ਉਹ ਆਵਾਜ਼ ਹੀ ਇਸ ਤਰ੍ਹਾਂ ਲਾਉਂਦਾ ਹੈ, ਜਾਗਦੇ ਰਹਿਣਾ ਮੈਂ ਪਠਾਨ ਜੇ ਫੇਰ ਨਾ ਕਹਿਣਾ। ਹੁਣ ਚੌਕੀਦਾਰ ਜਿਹੜਾ ਹੈਗਾ ਉਹਦੇ ਦੁੱਖੋ ਅਸੀਂ ਸੌਣ ਨਹੀਂ ਦੇ। ਉਹ ਚੌਕੀਦਾਰ ਜਿਹੜਾ ਨਾ ਉਹ ਸਾਡੇ ਖਾਣ ਤੇ ਪੀਣ ਦੇ ਹਰ ਗੱਲ ਤੇ ਹੁਣ ਨਜ਼ਰ ਰੱਖੇਗਾ। ਉਹ ਹਰ ਸ਼ੈ ਤੇ ਨਜ਼ਰ ਰੱਖਣ ਡਿਆ, ਤੂੰ ਖਾਣ ਪੀਣ ਦੀ ਗੱਲ ਕਰ ਰਹੀ ਹੈ? ਕਮਾਲ ਏ, ਰੋਸ਼ਨਦਾਨ ਸਾਰੇ ਬੰਦ ਕੀਤੇ ਆ ਫੇਰ ਵੀ ਨਜ਼ਰ ਰੱਖਦਾ ਉਹ, ਏਡਾ ਸਿਆਣਾ ਕਿ ਅੱਬਾ ਜੀ ਨਾਲ ਗੱਲ ਕਰੋ, ਕਾਹਦੇ ਲਈ ਗੱਲ ਨਹੀਂ ਕਰਦੇ? ਅੱਬਾ ਜੀ ਨਾਲ ਪਠਾਨ ਦਾ ਕੀ ਤਲਕ ਏ? ਨਹੀਂ ਅੱਬਾ ਜੀ ਨੂੰ ਸਮਝਾਵੋ ਕਿ ਇਸ ਤਰ੍ਹਾਂ ਘਰਾਂ ਦੇ ਵਿੱਚ ਪਠਾਨ ਨਹੀਂ ਰੱਖੀ ਦੇ। ਨਹੀਂ ਇਹਨੂੰ ਆਖਿਆ ਮੈਂ ਕਿ ਅੱਬਾ ਜੀ ਇਹਨੂੰ ਕਿਸੇ ਖੁੱਲੇ ਇਲਾਕੇ 'ਚ ਰੱਖੋ। ਮੇਰੀ ਕਿਸਮਤ ਖਰਾਬ ਹੈ, ਤੁਹਾਡਾ ਕੋਈ ਕਸੂਰ ਨਹੀਂ। ਚੰਗਾ ਭਲਾ ਵਿਆਹ ਹੋਣ ਲੱਗਾ ਸੀ, ਖੁਸ਼ ਸਾਂ,
ਕਿ ਵਿਆਹ ਹੋਏਗਾ। ਇਹਨੇ ਕੁੰਡ ਚੁੱਕਿਆ, ਮੈਂ ਜਾ ਪਈ। ਲੈ ਕੁੰਡ ਚੁੱਕਿਆ ਤੇ ਜਾ ਪਈ, ਨਹੀਂ ਸੀ ਮੇਰੇ ਨਾਲ ਵਿਆਹ ਕਰਨਾ ਤੇ ਕਿਸੇ ਹੋਰ ਜਗ੍ਹਾ ਤੇ ਵਿਆਹ ਕਰ ਲੈਣਾ ਸੀ। ਨਹੀਂ ਤੇਰਾ ਕੀ ਖਿਆਲ ਹੈ, ਤੇਰੇ ਨਾਲ ਵਿਆਹ ਪਤਾ ਨਹੀਂ ਖਬਰੇ ਮੇਰੇ ਪਿਓ ਨੇ ਕੀ ਵੇਖ ਕੇ ਕਰ ਦਿੱਤਾ। ਮੇਰੇ ਤੇ ਇੰਨੀ ਨਹੀਂ ਜਗ੍ਹਾ ਤੋਂ ਰਿਸ਼ਤੇ ਆਏ ਸਨ। ਹਾਂ ਰਿਸ਼ਤੇ ਕਿੱਥੋਂ, ਅਸੀਂ ਤੇਰੇ ਪਿਓ ਕੋਲੋਂ 100 ਦਾ ਭਾਣ ਮੰਗਿਆ, ਉਹਨੇ ਰਿਸ਼ਤਾ ਫੜਾ ਦਿੱਤਾ। ਬਸ ਕਰ ਦਿਓ, ਬਸ ਕਰ ਦਿਓ, ਸ਼ੁਕਰ ਕਰੋ ਤੁਹਾਡੇ ਕਜਾਜੇ ਭਰਾਵਾਂ ਨੂੰ ਕੋਈ ਚੰਗਾ ਰਿਸ਼ਤਾ ਲੱਭ ਗਿਆ ਵੇ। ਤੈਨੂੰ ਕਿੱਥੋਂ ਰਿਸ਼ਤੇ ਆਏ ਸਨ? ਲੈ ਕਿੱਥੋਂ ਪੁੱਛ, ਕਿੱਥੋਂ ਕਿੱਥੋਂ ਨਹੀਂ। ਹਾਂ ਕਿੱਥੋਂ ਕਿੱਥੋਂ ਨਹੀਂ, ਤੂੰ ਐਡੀ ਮੋਨੀਕਾ, ਖਬਰਦਾਰ ਮੈਨੂੰ ਕਿਸੇ ਗਲਤ ਪਾਸੇ ਲਾਇਆ ਹੀ ਤੇ। ਕਿੱਥੋਂ ਆਇਆ ਸੀ ਰਿਸ਼ਤਾ ਤੈਨੂੰ ਦੱਸ। ਜਾਣਾ ਮਨੀਕਾ, ਮੇਰੇ ਤੋਂ ਇਲਾਵਾ ਤੈਨੂੰ ਵਿਆਹਣਾ ਹੀ ਨਹੀਂ ਸੀ ਕਿਸੇ ਨੇ। ਨਹੀਂ ਰਹਿਣ ਦੇ, ਖੁਦਾ ਦਾ ਖੌਫ ਕਰ, ਮਿੱਟੀ ਦੀਆਂ ਸੱਪਾਂ। ਅੱਛਾ ਮੈਂ ਮਿੱਟੀ ਦਾ, ਬਹੁਤੇ ਰਿਸ਼ਤੇ ਆਏ ਸਨ ਮੈਨੂੰ। ਅੱਛਾ ਕਿੱਥੋਂ? ਲੈ ਦੱਸੋ ਕਿ, ਸੁਣ ਮੈਨੂੰ ਗੁਜਰਾਂ ਵਾਲੋ ਰਿਸ਼ਤਾ ਆਇਆ ਸੀ। ਸ਼ੁਕਰ ਕਰ ਤੇਰਾ ਗੁਜਰਾਂ ਵਾਲੇ ਵਿਆਹ ਨਹੀਂ ਹੋ ਗਿਆ। ਕਿਉਂ? ਉਹ ਭਲਵਾਨਾਂ ਦਾ ਸ਼ਹਿਰ ਹੀ, ਉੱਥੇ ਮਾਮੂਲੀ ਲਾੜਾ ਵੀ ਇੱਥੋਂ ਸ਼ੁਰੂ ਹੁੰਦਾ ਹੀ। ਬੇੜਾ ਕਰ ਗਿਆ, ਮੈਂ ਤੇ ਫੇਰ ਵੀ ਸਮਾਰਟ ਹਾਂ, ਮੇਰੇ ਮੂੰਹ ਜਿਹੀ ਤੇ ਉਹਨਾਂ ਨੇ ਧੁੰਨੀ ਰੱਖੀ ਹੁੰਦੀ ਹੈ। ਮੈਂ ਗੁਜਰਾਲੇ ਜਾ ਕੇ ਵੇਖਿਆ, ਹਰ ਘਰ ਦੇ ਬਾਹਰ ਸੱਜੇ ਪਾਸੇ ਖੁਰਲੀ ਖੱਬੇ ਪਾਸੇ ਮੱਝ ਬੱਜੀ ਹੁੰਦੀ, ਵਿੱਚੋਂ ਕਿਸੇ ਭਲਵਾਨ ਨੂੰ ਬੁਲਾਈ, ਅੱਗੋ ਆਵਾਜ਼ ਹੀ ਅਜੀਬ ਆਉਂਦੀ, ਭਲਵਾਨ ਜੀ ਘਰ ਹੀ ਉਹ ਤੇਰਾ ਗੁਜਰਾਲੇ ਵਿਆਹ ਹੋ ਜਾਂਦਾ, ਉਹਨਾਂ ਪਿਆਰ ਨਾਲ ਘੁੰਡ ਨਹੀਂ ਸੀ ਚੁੱਕਣਾ, ਉਹ ਤੜੀ ਲਾਉਂਦੇ ਨੇ ਘੁੰਡ ਚੁੱਕਾ ਮਾਮੀ, ਹੋਰ ਕਿਸੇ ਸ਼ਹਿਰ ਵਿਆਹ ਕਰਾ ਲੈਂਦੀ। ਤੂੰ ਐਵੇਂ ਦਿਲ ਖੱਟਾ ਕਰਨ ਚੁਰਿਆ ਹੋਇਆ ਵੇ। ਗੱਲ ਸੁਣ, ਮੇਰਾ ਤੇ ਫੈਸਲਾਬਾਦ ਤੋਂ ਰਿਸ਼ਤਾ ਆਇਆ ਸੀ ਤੇ ਕਰ ਲੈਣਾ ਸੀ ਫੈਸਲਾਬਾਦ। ਹਾਂ ਕਿੱਡਾ ਖੁਸ਼ ਹੋਈ ਨੀ, ਇੱਥੇ ਹੀ ਖੁਸ਼ ਹੁੰਦੇ ਹੋ, ਹੋ ਜਾਂਦਾ ਤੇ ਤੁਸੀਂ ਜੰਜ ਨਾ ਲਾਉਣਾ ਸੀ। ਇਹੋ ਜਿਹਾ ਮੁੜ ਕੇ ਸ਼ੇਖਾਂ ਦੀ ਜਾਂਜ ਤੇ ਪੈਸੇ ਲੁੱਟਣ ਡੈਣ ਰਿਹਾ ਮੇਰਾ ਯਾਰ, ਅੱਲਾ ਮਾਫੀ ਦੇਵੇ। ਔਰ ਉਹ ਸ਼ੇਖ ਹੀ ਨੀ ਜਿਹੜਾ ਜਾਂਜ ਤੇ ਪੈਸੇ ਲੁਟਾਏ, ਏਡਾ ਕਰ ਲੈਣਾ ਸੀ ਫੈਸਲਾਬਾਦ। ਕੀ ਬੁਰਾਈ ਸੀ? ਨਹੀਂ ਫੈਸਲਾਬਾਦ ਦੇ ਲੋਕ ਬੜੇ ਚੰਗੇ ਨੇ, ਹਾਂ ਠੀਕ ਠਾਕ ਲੈਣ ਲਾ, ਉਹਨਾਂ ਦੀ ਮਾਸ਼ਾਅੱਲਾ ਜ਼ਬਾਨ ਬੜੀ ਮਿੱਠੀ ਹੁੰਦੀ ਹੈ। ਹਾਂ ਉਹ ਤੇ ਵਿਆਹ ਵਾਲੇ ਦਿਨ ਘੁੰਡ ਵੀ ਬੜੇ ਪਿਆਰ ਨਾਲ ਚੁੱਕਦੇ ਨੇ। ਕਿਸ ਤਰ੍ਹਾਂ? ਇਹ ਤਾਂ ਘੁੰਡ ਕੱਢ ਵੇਖ, ਫੈਸਲਾਬਾਦ ਦਾ ਲਾੜਾ ਆਇਆ, ਕਰ ਲੋ ਘੁੰਡ ਕੱਢਾ। ਹਾਂ ਇਹ ਵੇਖ ਫੈਸਲਾਬਾਦ ਦਾ ਲਾੜਾ ਆਇਆ। ਹਾਂ ਜੀ, ਹੁਣ ਜਿਹੜਾ ਜਿਹੜਾ ਬੈਠਾ ਹੈ ਗੌਰ ਕਰੇ, ਤੁਸੀਂ ਇਜਾਜ਼ਤ ਦਿਓ ਤੇ ਘੁੰਡ ਚੱਕ ਲਈਏ, ਜੇ ਇਜਾਜ਼ਤ ਦਿੰਦੇ ਹੋ ਤੇ ਚੱਕ ਲੈਂਦੇ ਆ, ਨਹੀਂ ਤੇ ਫਿਰ ਵੱਡੇ ਹਾਜੀ ਹੁਣੀ ਆਪ ਆ ਕੇ ਚੱਕ। ਸ਼ੁਕਰ ਕਰ ਤੇਰਾ ਕਰਾਚੀ ਵਿਆਹ ਨਹੀਂ ਹੋਇਆ। ਕਿਉਂ? ਉੱਥੇ ਜੰਜ ਜਹਾਜ਼ ਤੇ ਜਾਂਦੀ ਆ, ਵਾਪਸ ਅਖਬਾਰ ਜਾਂਦੀ ਆ। ਹਾਂ ਨਹੀਂ, ਹਾਲਾਤ ਠੀਕ ਹੋ ਗਏ ਨੇ। ਹਾਲਾਤ ਠੀਕ ਹੋ ਗਏ ਨੇ, ਆਹੋ ਚੱਲ ਮੇਰੇ ਕੋਲੋਂ ਫਾਰਗ ਹੋ ਕੇ ਫੇਰ ਆ ਇੱਕ ਵਾਰੀ, ਹੱਦ ਹੋ ਗਈ। ਹੋਰ ਕਿਸੇ ਸ਼ਹਿਰ ਵਿਆਹ ਕਰਾ ਲੈਣਾ ਸੀ? ਮੈਂ 10 ਰੁਪਿਆ ਤੈਨੂੰ ਪਾਗਲਾ, ਮੈਨੂੰ ਰਿਸ਼ਤੇ ਦਾ ਘਾਟਾ ਨਹੀਂ ਸੀ। ਅੱਛਾ ਲੈ ਹੋਰ ਸੁਣ, ਹਾਂ ਜ਼ਰਾ ਹੌਸਲਾ ਕਰਕੇ, ਹਾਂ ਮੇਰਾ ਤੇ ਪਿਸ਼ਾਵਰੋਂ ਵੀ ਰਿਸ਼ਤਾ ਆਇਆ ਸੀ। ਪਠਾਨ ਹੁੰਦੇ ਨੇ, ਉਹ ਕਹਿੰਦੇ ਨੇ ਵੋ ਠੀਕ ਹੈ, ਜੋ ਮਿਲਾ ਬਿਸ ਮਿਲਾ ਵੋ ਓਕੇ ਠੀਕ। ਇਸੇ ਗੱਲ ਦਾ ਫਿਰ ਅਸੀਂ ਗੁੱਸਾ ਕੱਢਨੇ ਆ, ਅਸੀਂ ਤੇਰੇ ਵਰਗੀ ਵਿਆਹ ਕੇ ਲੈ ਆਉਂਦੇ ਆ, ਇੱਕ ਸਾਲ ਬਾਅਦ ਇਹ ਹਾਲ ਕਰ ਦੇਈਦਾ ਗੁੱਡੂ ਦੇ ਅੱਬਾ। ਸੱਗਾ ਖਾਵਣ ਕਹਿਣ ਦਿਆਂ ਦਾ ਭੈਣਾ, ਤੈਨੂੰ ਕਿਧਰੇ ਵੇਖਿਆ।
ਕੋਈ ਪੇਂਡੂ ਸ਼ੇਂਡੂ ਨਹੀਂ, ਅਸੀਂ ਸਾਰੇ ਸ਼ਹਿਰੀ ਆ ਮਾਸ਼ਾਅੱਲਾ। ਇਹ ਮੇਰੀ ਗੱਲ ਸੁਣ, ਅੱਲਾ ਨੇ ਚੰਗੀ ਬੁੱਢੀ ਦੇਤੀ ਹੈ ਨਾ, ਤੇ ਅੱਲਾ ਦਾ ਇਹਸਾਨ ਮੰਨ। ਅੱਲਾ ਦਾ ਇਹਸਾਨ ਮੰਨਣ ਦਿਆ, ਤੇਰਾ ਤੇ ਮੇਰੇ ਦੀ ਕਦਰ ਵੀ ਕਰੀ ਦੀ ਏ। ਕੀ ਕਦਰ ਕਰਾਂ, ਸਾਰੀ ਦਿਹਾੜੀ ਘਰ ਹੀ ਰਹਿਣਾ। ਮੇਰੇ ਤੇ ਕਿਸਮਤ ਮੇਰੀ ਖਰਾਬ ਹੋ ਗਈ, ਨਸੀਬ ਫੁੱਟ ਗਏ ਮੇਰੇ। ਤੇਰੇ ਵਰਗੇ ਬੰਦੇ ਨਾਲ ਚੰਗਾ ਸੀ ਕਿਸੇ ਅਮੀਰ ਬੰਦੇ ਨਾਲ ਵਿਆਹ ਹੁੰਦਾ, ਸੁੱਖ ਚ ਰਹਿੰਦੀ। ਅਮੀਰ ਆਦਮੀ ਨਾਲ ਸ਼ਾਦੀ ਕਰਨ ਦਾ ਫਾਇਦਾ ਹੀ ਕੋਈ ਨਹੀਂ। ਕਿਉਂ ਨਹੀਂ? ਅੱਲਾ ਮਾਫੀ, ਉਹ 6-6 ਮਹੀਨੇ ਵਿਚਾਰਾ ਘਰ ਹੀ ਨਹੀਂ ਵੜਦਾ। ਹਾਂ, ਨੌਕਰਾਂ ਨੂੰ ਵਕਤ ਪਏ ਹੁੰਦੇ ਨੇ। ਉਹ ਗਰੀਬ ਆਦਮੀ ਨਾਲ ਸ਼ਾਦੀ ਕਰਾਓ ਜਿਹਨੇ ਸੌਣ ਭਾਦਰੋਂ ਚ ਵੀ ਘਰੋਂ ਨਹੀਂ ਜਾਣਾ। ਅਮੀਰ ਆਦਮੀ ਕਹਿੰਦਾ ਬੱਚੇ ਦੋ ਹੀ ਅੱਛੇ, ਅਸੀਂ ਗਰੀਬ ਆਦਮੀ ਕਹਿੰਦੇ ਹਾਂ ਸਾਲ ਆਵੇ ਨਾ ਆਵੇ ਨਵਾਂ ਕੈਲੰਡਰ ਲਿਆਓ। ਏਡੀ ਕੋਈ ਗੱਲ ਨਹੀਂ, ਮੇਰੀ ਗੱਲ ਸੁਣ। ਇਸ ਘਰ 'ਚ ਅਗਰ ਇਸ ਬੰਬ ਦਾ ਫੈਸਲਾ ਕਰਨਾ ਜਾਂ ਕਿਸੇ ਨਾਲ ਗੱਲ ਕਰਨੀ ਹੈ, ਲੜਾਈ ਝਗੜਾ ਨਹੀਂ ਕਰਨਾ, ਆਰਾਮ ਨਾਲ ਗੱਲ ਕਰੀ। ਮੈਂ ਚੱਲਿਆ ਦੁਕਾਨ ਤੇ। ਹਾਏ ਹਾਏ, ਦੁਕਾਨ ਤੇ ਟੁਰ ਗਏ ਨੇ ਤੇ ਪਰਸ ਤੇ ਘਰ ਹੀ ਭੁੱਲ ਗਏ ਨੇ। ਮੈਂ ਕਿਹਾ ਜੀ ਗੱਲ ਸੁਣੋ, ਪਰਸ ਤੇ ਲੈ ਜਾਓ, ਆਪਣਾ ਹੋਸ਼ ਨਹੀਂ ਹੈਗਾ ਤੁਹਾਨੂੰ। ਹੋਸ਼ ਸਵਾਹ ਤੇ ਮਿੱਟੀ ਹੋਣੀ, ਤੇਰੇ ਨਾਲ ਵਿਆਹ ਕਰਕੇ ਹੋਸ਼ਾਂ ਵੀ ਭੁੱਲ ਗਈਆਂ। ਪਰਸ ਅੰਦਰ ਭੁੱਲ ਗਏ ਜੇ। ਮੈਂ ਕਿਹਾ ਹਾਂਜੀ, ਆ ਲੜਾਈਆਂ ਝਗੜੇ ਨਾ ਕਰਿਆ ਕਰ, ਨਵਾਂ ਨਵਾਂ ਸਾਡਾ ਵਿਆਹ ਹੋਇਆ। ਬਾਹਰੋਂ ਸੋਚ ਕੇ ਆਏ ਜੀ? ਸੋਚ ਕੇ ਕੀ ਆਉਣਾ ਵੀ, ਚੂੜੀਆਂ ਵੇਖੀਏ ਚੱਲ ਕੇ। ਚੂੜੀਆਂ ਮੈਂ ਕੀ ਦੇਖਣੀਆਂ, ਤੁਸੀਂ ਮੈਨੂੰ ਚੂੜੀਆਂ ਮੇਰੀਆਂ ਆਪਣੀਆਂ ਲੈ ਲਈਆਂ ਨੇ। ਓਏ ਬੜੀ ਅੱਛੀ ਫਿਲਮ ਈ। ਕਿਉਂ, ਕੀ ਅੱਛੀ ਕੀ ਮਤਲਬ ਏ? ਅੱਛੀ ਏ ਬਈ, ਉਹਦੇ ਗਾਣੇ ਬੜੇ ਚੰਗੇ ਨੇ। ਰਹਿਣ ਦਿਓ, ਵਿਆਹ ਹੋਣ ਲੱਗਾ ਸੀ, ਐਡੇ ਖੁਸ਼ ਸਾਂ ਕਿ ਚੰਗਾ ਖਾਵਨ ਮਿਲੇਗਾ, ਘੁਮਾਏਗਾ ਫਿਰਾਏਗਾ, ਹਨੀਮੂਨ ਅਸੀਂ ਕਿਤੇ ਲੈ ਜਾਏਗਾ। ਉਹ ਨਹੀਂ ਆ, ਘੁਮਾਣ ਫਰਾਣ ਵਾਲੇ ਖਾਵਨ ਚੰਗੇ ਨਹੀਂ ਹੁੰਦੇ। ਮੁੜ ਕੇ ਫਿਰ ਬੰਦਾ ਕੰਮ ਤੇ ਚਲਾ ਜਾਂਦਾ, ਬੁੱਢੀ ਇਕੱਲੀ ਘੁੰਮਣ ਫਿਰਨ ਡਈ ਹੁੰਦੀ ਆ। ਅਸੀਂ ਇੱਜ਼ਤਦਾਰ ਲੋਕ ਆ, ਅਸੀਂ ਤੇ ਘਰ ਹੀ ਤੁਹਾਡੇ ਭੂ ਪੂਰੇ ਕਰ ਸਕਨੇ ਆ। ਐਸੇ ਲਈ ਕਹਿੰਨੀ ਆ, ਮੇਰੀ ਕਦਰ ਕਰਿਆ ਕਰ, ਜੇ ਅੱਲਾ ਨੇ ਚੰਗੀ ਬੁੱਢੀ ਦੇਤੀ ਹੈ ਤਿੱਲੇ ਵਰਗੀ, ਤੇ ਖਿਆਲ ਰੱਖਿਆ ਕਰ। ਜੀ ਮੈਂ ਛਾਵੇਂ ਹੋਇਆ ਸਾਂ, ਗੱਲ ਕਰਨੀ ਤੁਹਾਡੇ ਨਾਲ। ਮੇਰੇ ਸਰ? ਹਾਂਜੀ, ਕੀ ਬਾਤ ਕਰਨੀ ਹੈ? ਆ ਜਾਓ ਬੈਠੋ। ਕਰੇ ਬਾਤ? ਸ਼ਾਦੀ ਹੋਈ ਤੁਹਾਡੀ? ਨਹੀਂ, ਸ਼ਾਦੀ ਨਹੀਂ ਮੇਰੀ ਅਭੀ ਹੋਈ। ਤੇ ਕਿਉਂ ਨਹੀਂ ਕਰਾਉਂਦੇ, ਕਿਸੇ ਡਰਾਇਆ? ਦੁਨੀਆਂ ਤੇ ਜਿਹੜੇ ਕੰਮ ਆਏ ਉਹ ਕਰਕੇ ਜਾਓ। ਗੱਲ ਸਿੱਧੀ ਸੱਤੀ ਕਰਨਾ। ਅੱਛਾ, ਆ ਇਹ ਮੁੰਡੇ ਖੁੰਡੇ ਨੇ ਗੱਲ ਹੋਰ ਪਾਸੇ ਲੈ ਜਾਂਦੇ। ਆਪਣਾ ਅਸੀਂ ਕਾਰੋਬਾਰੀ ਲੋਕ ਆ। ਕਾਰੋਬਾਰੀ ਲੋਕ? ਹਾਂਜੀ, ਅੱਲਾ ਦਾ ਸ਼ੁਕਰ ਹੈ, ਚੰਗੇ ਭਲੇ ਖਾਂਦੇ ਪੀਂਦੇ ਮੰਗਦੇ ਲੋਕ ਆ। ਅੱਲਾ ਦੀ ਮਿਹਰਬਾਨੀ ਹੈ, ਆਪਣੀਆਂ ਸਾਡੀਆਂ ਫੈਕਟਰੀਆਂ ਨੇ। ਫੈਕਟਰੀਆਂ ਕੀ? ਹਾਂਜੀ, ਇੱਕ ਨਵੀਂ ਫੈਕਟਰੀ ਬਣਵਾਈ ਹੈ, ਕੱਲ ਬਦਾਮੀ ਬਾਗ ਲਾਰੀ ਅੱਡੇ ਦੇ ਬਿਲਕੁਲ ਸਾਹਮਣੇ। ਪੀਲੇ ਰੰਗ ਦੀ ਦੀਵਾਰ ਹੈ, ਲੰਮੀ ਜਿਹੀ, ਬਾਹਰ ਲਿਖਿਆ ਹੈ ਜਨਾਨਾ ਮਰਦਾਨਾ। 250-300 ਕਾਰੀਗਰ ਰੋਜ਼ ਦਾ ਕੰਮ ਕਰਕੇ ਜਾਂਦਾ। ਬਣਤਾ ਕਿਆ ਵਾ? ਅੰਦਰ ਖਾਦ ਬਣਦੀ। ਹਾਂਜੀ, ਅੱਬਾ ਜੀ ਬਾਹਰ ਡੱਬਾ ਲੈ ਕੇ ਬੈਠੇ ਹੁੰਦੇ। ਅੱਲਾ ਦੀ ਬੜੀ ਮਿਹਰਬਾਨੀ, ਆਪਣੇ ਜਾਤੀ ਸਾਡੇ ਜਹਾਜ਼ ਨੇ। ਜਹਾਜ਼ ਹੈ ਆਪਕੇ? ਹਾਂਜੀ, ਮੇਰੇ ਤੋਂ ਛੋਟੇ ਤਿੰਨ ਨੇ, ਤਿੰਨੇ ਜਹਾਜ਼ ਨੇ। ਬੜੇ ਚੰਗੇ ਭਲੇ ਲੋਕ ਆ ਅਸੀਂ। ਉਹ ਤਾਂ ਨਜ਼ਰ ਹੀ ਆ ਰਿਹਾ। ਕੌਮ ਕੀ ਹੈ ਆਪਕੀ? ਇਹ ਕੌਮਾਂ ਕੁਮਾਂ ਚ ਕੁਛ ਨਹੀਂ ਪਿਆ ਹੋਇਆ, ਕੌਮਾਂ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ। ਅਲਹਮਦੁਲਿਲਾ, ਅਸੀਂ ਮੁਸਲਮਾਨ ਔਰ ਪਾਕਿਸਤਾਨੀ ਆ, ਇਹੋ ਹੀ ਸਾਡੀ ਕੌਮ ਹੈ, ਇਹੋ ਹੀ ਸਾਡੀ ਪਹਿਚਾਣ। ਤੂੰ ਕਿਹੜੀ ਰਿਸ਼ਤੇਦਾਰ ਪਛਾਣਨ ਦੇ ਹੈ?
اللہ نے ایک بیٹری دیتی ہے تے جار کے کھا ہاں بات کیا کر رہے تم اسے بات کی کرنی ہے جی جدوں کو گال بنن لگ دیئے کلے آیا کرو نال نہ کہن لیا گال لے وے جی ہاں جی تہاڈی تعلیم کتنی ہے میری مڈل مڈل کی ہوندا ہے ویسے میں بھی پڑھیا لکھیا اچھا ہاں جی بالکل دیکھو دا نشانہ کدا تیز دیکھو جی ہاں جی مڈل جڑی تعلیم ہے نا ہاں جی ایک کو تعلیم نہیں مڈل آٹھ جماعت ہوندیاں ہاں ہاں بالکل آٹھ جماعت پڑھی نال میں بیاہ نہیں کراؤنا کیونکہ آٹھ جماعت پڑھی زیادہ تو زیادہ بچاری گنگا رام کی نرس لگی ہوندی ہے اور عقل دی ایڈی ٹھنڈی ہوندی ہے ستے پہ مریض نو کہن دی ہوندی اٹھو نیند کی گولی کھا لو افسوس ہو جاتا کون میرے دادا جی پڑھیا لکھیا عورتوں کے بڑے فائدے ہوں بہت فائدے ہاں بالکل جی تسی ویاہ کیوں نہیں کراؤندے بس میں دل نہیں کرتا اچھا ٹھیک ہے ایک میں پرائیویٹ گل کرنی ہی تہاڈے نال ہاں کریں ضرور دیکھو جی سیانے کہندے نے ہاں او سیانا آ نہ جائے ایتھے سارے ہی چول نے میرے پیو سمیت کرے بات گل اے وے پئی گل جیڑی ہے نا ہاں ہاں او بندے نو کرنی چاہی دی ہے کھری گل دیو اسی مسلمان ہاں تے ہی پاکستانی ہاں الحمدللہ اہی گل کرنی ہاں بالکل کھری گل کر لگی اہی ڈر دے نہیں گل ہی کرنی ہاں ٹکا اچھا ہاں بلکہ گل بندے نو کرنی چاہی دی ہے منہ تے گل کرنی چاہی دی ہے اور گل بندے نو سمجھا کے کرنی چاہی دی ہے سمجھاؤنا پیا میں گل میں کرن دیا بھی ہوں جنی کی مدد کری آن دیا گل گل ہی کرنی منہ تے اچھا بلکہ گل ہی کرنی ہاتھ چ ہاتھ پا ہوں نہیں بولدا اہی نہیں کر میں تو سمجھی نہیں آپ کی بات یہ تھی سمجھو نہ سمجھو سمجھ گیا دراصل دیکھو جی انسان نو چاہیے کہ آپ کس سے ڈر رہے ہیں ایتھے نا کچھ عورتیں گیا نے وہ میری بیویاں بنیا ہوئی ہیں آپ شادی شدہ ہیں او بس ہو گئی ہے میں تے کرانی نہیں سا چاہتا کیوں بس نہیں سی دل کردا ویاہ تے ابے نے کہا فٹا فٹ ویاہ کر لو پھر اگوں بارشاں پین والیاں بارشوں میں کیا ہوگا نہیں دفع کرو جی اسی بارشاں چ ویاہ نہیں رکھ دے کیوں بچا ہر پاسے پھوڑے پھنسیاں پیت اللہ معافی دے وے نہ روٹی کھان دا مزہ نہ برادری بٹھاؤن دا مزہ اس واسطے تے